ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਦੇ ਨਾਲ ਉਸ ਮਹਾਨ ਸ਼ਹੀਦ ਭਾਈ ਕਿਹਰ ਸਿੰਘ ਜੀ ਦਾ ਮੁੱਢਲਾ ਜੀਵਨ ਸਾਂਝਾ ਕਰੇਗਾ, ਜਿਨ੍ਹਾਂ ਨੇ ਸਿੰਘਾਂ ਨੂੰ ਇੰਦਰਾ ਗਾਂਧੀ ਦਾ ਸੋਧਾ ਲਾਉਣ ਲਈ ਪ੍ਰੇਰਨਾ ਦਿੱਤੀ ਸੀ। ਅਤੇ ਗੁਰੂ ਪਿਆਰਿਓ, ਇਸ ਚੈਨਲ ਦੇ ਉੱਪਰ ਕਿਵੇਂ ਕਿਵੇਂ ਸਿੰਘਾਂ ਨੇ ਪਲੈਨਿੰਗਾਂ ਬਣਾਈਆਂ ਇੰਦਰਾ ਗਾਂਧੀ ਦਾ ਸੋਧਾ ਲਾਉਣ ਲਈ, ਕਿਵੇਂ ਕਿਵੇਂ ਸਿੰਘ ਤਿਆਰ ਹੋਏ ਇੰਦਰਾ ਦਾ ਸੋਧਾ ਲਾਉਣ ਲਈ, ਇਸ ਉੱਪਰ ਪੂਰੀ ਜਾਣਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓਜ਼ ਦੇ ਰਾਹੀਂ ਅਪਲੋਡ ਕੀਤੀ ਜਾ ਰਹੀ ਹੈ। ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਸੋ ਕਿਹਰ ਸਿੰਘ ਦੀ ਸ਼ਬਦ ਕੋਸ਼ ਦੇ ਵਿੱਚ ਬੜੀ ਵੱਡੀ ਵਿਆਖਿਆ ਹੈ। ਇਹ ਕਿਹਾ ਜਾਂਦਾ ਹੈ ਕਿ ਸ਼ੇਰ 21 ਝੋਟਿਆਂ 'ਤੇ ਭਾਰੂ ਹੁੰਦਾ ਹੈ, ਇੱਕ ਬੱਬਰ ਸ਼ੇਰ ਵਿੱਚ 21 ਸ਼ੇਰਾਂ ਜਿੰਨੀ ਤਾਕਤ ਹੁੰਦੀ ਹੈ, ਅਤੇ ਇੱਕ ਕਿਹਰ ਦੇ ਵਿੱਚ 21 ਬੱਬਰ ਸ਼ੇਰਾਂ ਜਿੰਨਾ ਬਲ ਹੁੰਦਾ ਹੈ। ਕਿਹਰ ਜਾਣੀ ਬੱਬਰ ਸ਼ੇਰਾਂ ਦਾ ਸਰਦਾਰ ਹੁੰਦਾ ਹੈ। ਜਿਸ ਕਿਹਰ ਸਿੰਘ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ, ਇਸ ਕਿਹਰ ਸਿੰਘ ਦੇ ਆਤਮਕ ਬਲ ਦੀ ਵਿਆਖਿਆ ਕਰਨੀ ਜਾਂ ਥਾਂ ਪਾ ਲੈਣਾ ਸਧਾਰਨ ਮਨੁੱਖ ਕਲਪਨਾ ਵੀ ਨਹੀਂ ਕਰ ਸਕਦਾ। ਇਹ ਉਹ ਕਿਹਰ ਸਿੰਘ ਹੈ ਜਿਸਨੇ ਆਪਣੇ ਆਤਮਕ ਬਲ ਦੀ ਸੋਝੀ ਨਾਲ ਦਮ ਤੋੜ ਹੀ ਨਿਡਾਲ ਹੋਈ ਸਿੱਖ ਕੌਮ ਨੂੰ ਨਵੀਂ ਜ਼ਿੰਦਗੀ ਬਖਸ਼ ਕੇ ਦੁਨੀਆ ਦੇ ਨਕਸ਼ੇ ਅਤੇ ਇਤਿਹਾਸ ਦੇ ਪੰਨਿਆਂ 'ਤੇ ਸਿੱਖੀ ਸਵੈਮਾਣ ਦਾ ਪਰਚਮ ਝੂਲਦਾ ਦਰਸਾ ਦਿੱਤਾ ਕਿ ਸਿੰਘ ਕਦੇ ਮਰਦੇ ਨਹੀਂ, ਇਹ ਮਾਰਦੇ ਰਹਿਣਗੇ ਅਤੇ ਕਦੇ ਮੁੱਕਣਗੇ ਨਹੀਂ। ਭਾਈ ਕਿਹਰ ਸਿੰਘ ਮੁਸਤਫਾਬਾਦ ਨੂੰ ਹਿੰਦੁਸਤਾਨੀ ਸਰਕਾਰ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਦੋਸ਼ੀ ਮੰਨਦਿਆਂ ਇੰਦਰਾ ਮਰਡਰ ਕੇਸ ਪਲੈਨਿੰਗ ਗਾਈਡ ਮਾਸਟਰ ਮੰਨਿਆ ਹੈ। ਖਾਲਸਾ ਪੰਥ ਦੇ ਮਹਾਨ ਸ਼ਹੀਦ ਭਾਈ ਕਿਹਰ ਸਿੰਘ ਜੀ ਦਾ ਜਨਮ ਪਿਤਾ ਸਰਦਾਰ ਆਤਮਾ ਸਿੰਘ ਦੇ ਘਰ ਮਾਤਾ ਸਰਦਾਰਨੀ ਸ਼ਰਮ ਕੌਰ ਦੀ ਕੁੱਖੋਂ ਪਿੰਡ ਮੁਸਤਫਾਬਾਦ ਨੇੜੇ ਬਸੀ ਪਠਾਣਾ ਵਿਖੇ 15 ਅਕਤੂਬਰ ਸੰਨ 1935 ਨੂੰ ਗੁਰਸਿੱਖ ਪਰਿਵਾਰ ਦੇ ਘਰ ਹੋਇਆ। ਮੁਸਤਫਾਬਾਦ ਅੱਜ ਕੱਲ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੈ। ਭਾਈ ਕਿਹਰ ਸਿੰਘ ਜੀ 8 ਭੈਣ ਭਰਾ ਸਨ। ਵੱਡੇ ਭਰਾ ਭਾਈ ਪਿਰਥੀ ਸਿੰਘ, ਮਹਿਮਾ ਸਿੰਘ, ਕਿਹਰ ਸਿੰਘ ਸ਼ਹੀਦ, ਛੋਟਾ ਭਰਾ ਗੁਰਮੁਖ ਸਿੰਘ, ਭੈਣਾਂ ਗੁਲਾਬ ਕੌਰ ਜੀ, ਗੁਰਦੇਵ ਕੌਰ ਜੀ, ਸੁਖਦੇਵ ਕੌਰ ਜੀ ਅਤੇ ਬਲਦੇਵ ਕੌਰ ਜੀ ਸਨ। ਪਿਤਾ ਸਰਦਾਰ ਆਤਮਾ ਸਿੰਘ ਜੀ ਖੱਡੀ ਦਾ ਕੰਮ ਕਰਦੇ ਸਨ। ਭਾਈ ਕਿਹਰ ਸਿੰਘ ਜੀ ਨੇ 10ਵੀਂ ਤੱਕ ਪੜ੍ਹਾਈ ਬਸੀ ਪਠਾਣਾ ਸਰਕਾਰੀ ਹਾਈ ਸਕੂਲ ਤੋਂ ਕੀਤੀ। ਪਰਿਵਾਰ ਗੁਰਸਿੱਖੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਪਿਤਾ ਸਰਦਾਰ ਆਤਮਾ ਸਿੰਘ ਜੀ ਅਤੇ ਮਾਤਾ ਜੀ ਹਰ ਐਤਵਾਰ ਨੂੰ ਆਪਣੇ ਬੱਚਿਆਂ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਲਿਜਾਇਆ ਕਰਦੇ ਸਨ। ਭਾਈ ਕਿਹਰ ਸਿੰਘ ਜੀ ਸਕੂਲ ਦੀ ਪੜ੍ਹਾਈ ਸਮੇਂ ਹੀ ਗੁਰਬਾਣੀ ਦੇ ਨਿਤਨੇਮੀ ਬਣ ਗਏ ਸਨ ਅਤੇ ਤੁਰਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਅਤੇ ਮੂਲ ਮੰਤਰ ਦਾ ਜਾਪ ਕਰਦੇ ਰਹਿੰਦੇ ਸਨ। ਭਾਈ ਕਿਹਰ ਸਿੰਘ ਜੀ ਖਾਲਸਾ ਜੁਝਾਰੂ ਖਾੜਕੂ ਵਿਚਾਰਧਾਰਾ ਦੀ ਉੱਚੀ ਸੁਰ ਦੇ ਧਾਰਨੀ ਸਨ। ਵਿਦਿਆਰਥੀ ਜੀਵਨ ਵੇਲੇ ਹੀ ਪੰਜਾਂ ਪਿਆਰਿਆਂ ਦੇ ਹੱਥੋਂ ਖੰਡੇ ਦੀ ਪਾਹੁਲ ਛੱਕ ਕੇ ਗੁਰਸਿੱਖੀ ਜੀਵਨ ਵਿੱਚ ਪਰਿਪੱਕ ਹੋ ਗਏ ਸਨ। 10ਵੀਂ ਪਾਸ ਕਰਨ ਤੋਂ ਬਾਅਦ ਭਾਈ ਕਿਹਰ ਸਿੰਘ ਜੀ ਦੇ ਮਾਸੜ ਜੀ ਸਰਦਾਰ ਗੁਰਬਖਸ਼ ਸਿੰਘ ਜੀ ਆਪਣੇ ਕੋਲ ਦਿੱਲੀ ਲੈ ਗਏ। ਉਹਨਾਂ ਆਪਣੇ ਅਸਰ ਰਸੂਖ ਨਾਲ ਭਾਈ ਕਿਹਰ ਸਿੰਘ ਨੂੰ ਸਪਲਾਈ ਅਤੇ ਡਿਸਪੋਜ਼ਲ ਦੇ ਮਹਿਕਮੇ ਵਿੱਚ ਕਲਰਕ ਦੀ ਨੌਕਰੀ 'ਤੇ ਲਵਾ ਦਿੱਤਾ। ਭਾਈ ਕਿਹਰ ਸਿੰਘ ਜੀ ਦੇ ਵੱਡੇ ਭਰਾ ਵਿਆਹੇ ਹੋਏ ਸਨ। ਪਿਰਥੀ ਸਿੰਘ ਦੀ ਭਰ ਜਵਾਨੀ ਵਿੱਚ ਹੀ ਮੌਤ ਹੋ ਗਈ। ਉਸਦਾ ਇੱਕ ਛੋਟਾ ਜਿਹਾ ਬੱਚਾ ਰਜਿੰਦਰ ਸਿੰਘ, ਪਿਰਥੀ ਸਿੰਘ ਦੀ ਮੌਤ ਹੋ ਜਾਣ ਤੋਂ ਪਿੱਛੋਂ ਉਹਨਾਂ ਦੇ ਘਰਵਾਲੀ ਦਾ ਵਿਆਹ ਭਾਈ ਕਿਹਰ ਸਿੰਘ ਜੀ ਨਾਲ ਕਰ ਦਿੱਤਾ ਗਿਆ ਅਤੇ ਉਹਨਾਂ ਦਾ ਬੱਚਾ ਰਜਿੰਦਰ ਸਿੰਘ, ਜਿਨ੍ਹਾਂ ਦਾ ਪਾਲਣ ਪੋਛਣ ਬਾਅਦ ਵਿੱਚ ਭਾਈ ਸਾਹਿਬ ਜੀ ਨੇ ਕੀਤਾ। ਆਨੰਦ ਕਾਰਜ ਤੋਂ ਬਾਅਦ ਬੀਬੀ ਜਸਵੀਰ ਕੌਰ ਜੀ ਦੀ ਨਵੀਂ ਜ਼ਿੰਦਗੀ ਸ਼ੁਰੂ ਹੋਈ। ਇਸ ਸੁਭਾਗੀ ਜੋੜੀ ਦੇ ਘਰ ਹਰਦੀਪ ਸਿੰਘ, ਸੁਰਿੰਦਰਪਾਲ ਸਿੰਘ, ਸਤਵੰਤ ਸਿੰਘ, ਚਰਨਜੀਤ ਸਿੰਘ ਜੀ ਨੇ ਜਨਮ ਲਿਆ। ਰਜਿੰਦਰ ਸਿੰਘ ਨੂੰ ਆਪਣੇ ਪੁੱਤਰ ਵਜੋਂ ਸਵੀਕਾਰ ਕਰਦਿਆਂ ਸਰਦਾਰ ਕਿਹਰ ਸਿੰਘ ਨੇ ਬੜੀ ਸਿਆਣਪ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ, ਉਸ ਨੂੰ ਪੜ੍ਹਾਇਆ, ਉੱਚੀ ਵਿੱਦਿਆ ਪ੍ਰਾਪਤ ਕਰਵਾਈ, ਜਿਸ ਸਦਕਾ ਸਰਦਾਰ ਰਜਿੰਦਰ ਸਿੰਘ ਆਪਣੀ ਯੋਗਤਾ ਦੇ ਆਧਾਰ 'ਤੇ ਕਾਨੂੰਨ ਮੰਤਰਾਲੇ ਸੈਂਟਰ ਗੌਰਮੈਂਟ ਵਿੱਚ ਉੱਚੇ ਅਹੁਦੇ 'ਤੇ ਨਿਯੁਕਤ ਹੋ ਗਏ। ਸਰਦਾਰ ਰਜਿੰਦਰ ਸਿੰਘ ਅਤੇ ਦੇ ਸਰਦਾਰ ਕਿਹਰ ਸਿੰਘ ਦੇ ਸਪੁੱਤਰ ਵਜੋਂ ਸਾਰੇ ਕਾਨੂੰਨੀ ਕਾਗਜ਼ ਪੱਤਰ ਸਰਕਾਰੀ ਰਿਕਾਰਡ ਵਿੱਚ ਪ੍ਰਵਾਨ ਹਨ। ਸਰਦਾਰ ਰਜਿੰਦਰ ਸਿੰਘ ਜੀ ਦੀ ਸ਼ਾਦੀ ਸਰਦਾਰ ਕਿਹਰ ਸਿੰਘ ਨੇ ਆਪ ਕੀਤੀ ਸੀ। ਸੋ ਜਿਵੇਂਦਾਰ ਸਾਹਿਬ ਜੀ ਨੂੰ ਦੱਸ ਚੁੱਕਾ ਹੈ ਕਿ ਇਸ ਚੈਨਲ 'ਤੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਿਵੇਂ ਕਿਵੇਂ ਸਿੰਘਾਂ ਨੇ ਇੰਦਰਾ ਦੇ ਸੋਧਾ ਲਾਉਣ ਲਈ ਤਿਆਰੀ ਕੀਤੇ, ਉਸ ਦੀ ਸੰਖੇਪ ਦੇ ਵਿੱਚ ਆਪ ਸੰਗਤਾਂ ਦੇ ਸਾਹਮਣੇ ਜਾਣਕਾਰੀ ਰੱਖੇਗਾ।
ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।